ਮੈਂ ਪੀਟਰ ਧਾਵਨ, ਮੈਂ ਅਤੇ ਮੇਰਾ ਦੋਸਤ ਬਿਲਾਵਲ ਬਲੋਚ, ਅਤੇ ਉਮੀਦ ਹੈ ਭਾਈ ਉੱਥੇ ਕੋਈ ਨਾ ਹੋ ਸੀ ਅਤੇ ਉਵੇਂ ਹੋਏ ਤੀ ਲਾ ਮਜ਼ਾ ਆਵੇ ਸੀ, ਕੋਈ ਪਹਿਲੇ ਯਾਰ ਮੌਜੂਦ ਹੋ ਸੀ। ਪੀਟਰ ਦੀ ਆਵਾਜ਼ ਤੋਂ ਹਲਕੀ ਹਲਕੀ ਆਉਂਦੀ ਪਈ ਸੀ, ਤੱਤੇ ਦੁਪਹਿਰ ਕੜਕਦੇ ਅਤੇ ਮੂੰਹ ਹੀ ਮੈਂ ਆਵਦਾ ਜੀ ਹਮ ਯਹਾਂ ਪਹੁੰਚ ਚੁੱਕੇ ਹੈ ਔਰ ਇਹ ਦੇਖੇ ਵਹਾਂ ਪਰ ਹਾਂ ਮੇਰਾ ਨੀਤ ਵੀ ਮੌਜੂਦ ਹੈ। ਅਸਾਂ ਪੀਟਰ 'ਤੇ ਪਹੁੰਚ ਚੁੱਕੇ ਹੈ ਅਤੇ ਇਹ ਦੇਖ ਗਏ ਪਾਣੀ ਕਿਹੜਾ ਸੋਹਣਾ ਆਉਂਦਾ ਪੀ ਹੈ, ਤਾਂ ਦਾਵਾ ਦਾ ਮਨ ਹੀ ਆਪਣਾ ਸੀ, ਪਾਣੀ ਸਾਫ਼ ਸਫਾਫ ਹੈ। ਇਹ ਰਾਤੀ ਇਲਾਕਿਆਂ ਦੇ ਵਿੱਚ ਇਹ ਸਵਿਮਿੰਗ ਪੂਲ ਵਾਲੀ ਕਾਰ ਹੈ, ਖਾਦਾ ਥੋੜ੍ਹਾ ਛੋਟਾ ਹੈ ਲੇਕਿਨ ਵਾਕਈ ਮਜ਼ਾ ਆ ਸੀ। ਸੱਤੇ ਰੁਪਾ ਨੇ ਹਾਂ ਮੇਰਾ ਨੀਤ ਪਾਣੀ ਲਾਈ ਦਿੰਦਾ ਹੈ ਅਤੇ ਬਿੱਲੂ ਪਤੰਗ ਵੀ ਹੈਗੀ ਹੈ, ਦੇਖੋ ਪਾਣੀ ਆ ਗਏ। ਸਿੰਗਲ ਪਤਲੀ ਆ ਗਈ ਹੈ ਦਾਵਾਂ, ਸਿੰਗਲ ਪਤਲੀ ਦਾਵਾਂ ਆ ਗਈ ਹੈ, ਚੱਪ ਪਈ ਆਉਂਦੀ ਹੈ। ਓਏ ਬਿੱਲੂ ਬਿੱਲੂ ਓਏ ਦੇਖਾ ਖਾ ਵੇਚ ਖਾ ਚੋਖਾ ਜਿੱਕ ਹੈ, ਚੋਖਾ ਜਿੱਕ ਹੈ ਦੇਖ ਉਦਾਹਰਾ ਹੈ। ਪਾਣੀ ਲਗਾ ਖੜੇ ਪਾਣੀ ਕੋਈ ਏਡਾ ਖਾਸਾ ਫਰਕ ਦੇਸੀ ਨਹੀਂ ਜੋ ਜਿਤਨੀ ਗਰਮੀ ਅੱਲਾ ਕਹੇ ਬਾਰਿਸ਼ ਦਿੰਦਾ ਜਾਂਦਾ, ਜਿਹੜੀ ਗਰਮੀ ਹੈ ਇਸ ਗਰਮੀ ਦੇ ਵਿੱਚ ਪਾਣੀ ਤਾਂ ਹਵਾ ਆ ਵੀ ਬੁਖਰਾਤ ਬਣ ਕੇ ਉਹਦੇ ਵਿੱਚ ਸੀ ਅਤੇ ਗਰਮੀ ਹੈ ਛੋਦੇ ਪੱਖੀਆਂ ਦਾ ਤਾਂ ਫਾਇਦਾ ਥਿਆ ਆਪੇ ਪੱਖੀ ਸ਼ੱਖੀ ਪਾਣੀ ਸ਼ਾਣੀ ਪੀ ਗਏ ਸਨ, ਨਹੀਂ ਤਾਂ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕੋਈ ਕੋਈ ਖਿਆਲ ਕਰੀਂਦੇ ਪੱਖੀਆਂ ਪੱਖੀਆਂ ਦਾ ਵੀ। ਸਾਕੂ ਅਗਰ ਵਕਤ ਮਿਲੇ ਤਾਂ ਪੱਖੀਆਂ ਸ਼ੱਖੀਆਂ ਵਾਸਤੇ ਪਾਣੀ ਭਰ ਕੇ ਰੱਖ ਦਿੱਤਾ ਕਰੋ, ਕਿਉਂਕਿ ਅਸਾਂ ਤਾਂ ਆਪਣੀ ਮਰਜ਼ੀ ਨਾਲ ਪਾਣੀ ਸ਼ਾਣੀ ਪੀ ਸਕਦੇ ਹਾਂ ਅਤੇ ਉਹਨਾਂ ਕੋਲ ਤਾਂ ਪਾਣੀ ਨਲਕਾ ਗੇੜਨ ਦੀ ਤਾਕਤ ਕੋਈ ਹੁੰਦੀ, ਨਲਕਾ ਗੇੜ ਕੇ ਪੀ ਸਕਦੇ ਹਾਂ। ਪਾਣੀ ਹਰ ਸ਼ੇ ਦਾ ਸੁੱਕਾ ਖੜਾ ਹੁੰਦਾ, ਕੋਈ ਬਰਤਨ ਇਹ ਤਾਂ ਜੋ ਤਾਂ ਪਾਣੀ ਲਾਏ ਇਹ ਗਰਮੀ ਦੇ ਵਿੱਚ ਤਾਜ਼ਾ ਕੀ ਖਿਆਲ ਹੈ ਭਾਈ, ਇਹ ਪਾਣੀ ਫਾਇਦਾ ਗਾਹ ਕੁੜ ਏਸੀ ਕੋਈ ਨਾ ਦੇਸੀ ਤੇ ਕੀ ਚੱਕਰ ਹੈ ਜੋ ਤੂੰ ਪਾਣੀ ਲਾ ਕੇ ਇਸੇ ਰੱਖਣ ਮਜਬੂਰੀ ਤਹਿਤ ਤਾਂ ਲਾਏ ਅਤੇ ਇਹਦੀ ਗਰਮੀ ਜੋ ਇਸ ਗਰਮੀ ਦੇ ਤਾਂ ਗਰਮੀ ਨਹੀਂ ਖਾਂਦੀ ਜੋ ਤੂੰ ਕਹਿੰਦੇ ਤੱਤੇ ਦੁਪਹਿਰੇ ਲਾ ਕੇ ਕਿਉਂ ਪਈ ਪਿੱਛੇ ਪਹਿਲਾਂ ਤੂੰ ਬਿਜ਼ਨਸ ਕਰੀਦਾ ਰਹਿਣਾ ਕਿ ਅੱਛਾ। ਇਹ ਭਾਈ ਕਾ ਕਹਿਣਾ ਹੈ ਕਿ ਯਹਾਂ ਪਰ ਜੋ ਪਾਣੀ ਲਗਾਇਆ ਇਹ ਦੋੜਾ ਨੁਕਸਾਨ ਹੈ ਔਰ ਕਰੂ ਨਾਲਾ ਗੁਜ਼ਾਰਾ ਕਰਨਾ ਉਹ ਆਦੇ ਪਾਣੀ ਲਾਈ ਖੜੇ ਹੈ, ਇਹੋ ਟਾਈਮ ਮਿਲੇ ਬਾਏ ਟਾਈਮ ਹੀ ਮਾਲ ਮੰਨੀ ਦੀ ਕਰਨੀ ਹੁੰਦੀ ਉਹ ਕੰਮ ਕਰਨਾ ਹੁੰਦਾ। ਇਹ ਲੂਸੋਣੀ ਖੜਾ ਤਾਂ ਇਵੇਂ ਘਾਟਾ ਤਾਂ ਕੋਈ ਨਹੀਂ, ਪਤਲਾ ਪਤਲਾ ਖੜੇ ਅੱਲਾ ਕਰੇ ਕੋ ਰੰਗ ਲੱਗ ਵਜੇ, ਅੱਲਾ ਕੋ ਬਾਰਿਸ਼ ਪੀਂਦਾ ਜਾਂਦਾ, ਫੁੱਲ ਗਰਮੀ ਹੈ ਫੁੱਲ। ਪਰਿੰਦੇ ਪਾਣੀ ਦੇ ਉੱਤੇ ਮਜ਼ੇ ਵਧੇ ਕਰੀਂਦੇ ਕਿਉਂਕਿ ਇਸ ਗਰਮੀ ਦੇ ਵਿੱਚ ਉਹਨਾਂ ਕੋਲ ਪਾਣੀ ਮਿਲਦਾ ਨਹੀਂ ਅਤੇ ਉਹ ਯਕਦਮ ਉਹਨਾਂ ਦੀ ਈਦ ਲੱਗ ਗਈ ਹੈ, ਉਹਨਾਂ ਕੋਲ ਪਾਣੀ ਕਾਲ ਕੜੀਚੀ ਬੈਠੀ ਹੈ ਅਤੇ ਦੂਰ ਤਾਂ ਲਾਲੀਆਂ ਬੈਠੀਆਂ, ਪੈ ਪਰਿੰਦੇ ਵੀ ਜੱਕੇ ਬਾਅਦ ਦੀਗ ਰਹੇ ਆਉਂਦੇ ਨੇ ਅਤੇ ਪਾਣੀ ਦਾ ਘੁੱਟ ਛੁੱਟ ਬਾਹਰ ਕੇ ਧਾਂ ਕੇ ਮਲ ਦੂ ਬੂਟੇ ਲੱਭੇ ਨੇ ਕੰਮ ਕੰਮ ਦੀ ਸ਼ਹੀਂ ਦੇ। ਇੱਕ ਚਿੱਬੜ ਦੀ ਵਾਲ ਲੱਭੀ ਹੈ ਲੇਕਿਨ ਚਿੱਬੜ ਕੋਈ ਨਹੀਂ ਖੜੇ ਲਾਗਨ, ਇੱਕ ਕੰਮ ਦੀ ਸ਼ੈ ਲੱਭੀ ਹੈ ਜਿਹੜੀ ਦਿਹਾਤੀ ਇਲਾਕਿਆਂ 'ਚ ਪਾਈ ਵੈਂਦੀ ਹੈ ਅਤੇ ਮੁਖਤਲਿਫ ਦਵਾਈਆਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ, ਇਹ ਪੀਲਾਕ ਸ਼ਾਇਦ ਤੁਸੀਂ ਪਹਿਲਾਂ ਡਿੱਠੀ ਹੋਈ ਹੋਵੇ, ਜਿਹੜੇ ਸਰਾਇਕੀ ਅਤੇ ਦਿਹਾਤੀ ਇਲਾਕਿਆਂ ਨਾਲ ਤਲਾਕ ਰੱਖਦੇ ਨੇ ਉਹਨਾਂ ਤੋਂ ਤਕਰੀਬਨ ਡਿੱਠੀ ਹੋਈ, ਸ਼ਹਿਰ ਸ਼ਾਇਦ ਘੱਟ ਥੀਂਦੀ ਹੋਵੇ, ਮੇਰਾ ਤਜਰਬਾ ਕੋਈ ਸ਼ਾਇਦ ਹੋਵੇ, ਲੇਕਿਨ ਇਹਦੇ ਨਾਲ ਬਹੁ ਫਾਇਦਾ ਥੀਂਦਾ ਹੈ। ਦੇਖ ਇਹ ਚੱਖਦੇ ਹੈ ਨਿੱਕੇ ਲਾ ਦਿਖਾਉਂਦੇ ਆਸੇ ਮਿੱਠੀ ਹੈ, ਮਤਲਬ ਇਹ ਬਈ ਅੱਜ ਕੱਲ੍ਹ ਦੇ ਮਾਲ ਤਾਂ ਨਖਰਾ ਕਰੀਂਦੇ ਨੇ ਇਸ ਪੁਰਦੇ ਕੋ ਨਹੀਂ ਖਾਂਦੇ, ਲੇਕਿਨ ਸਾਰੇ ਵਟਕੇ ਦਸੈਨਨ ਬਈ ਅਸਾਂ ਤਾਂ ਇਨ੍ਹਾਂ 'ਤੇ ਗੁਜ਼ਾਰਾ ਕਰੀਂਦੇ ਆਸੇ, ਜਿਹੜੇ ਮਾਲ ਛਾਲ ਚਿੜੀਂਦੇ ਆਸੇ ਤੋਂ ਬਾਅਦ ਇਹ ਜਿੱਥਾਂ ਲੱਭ ਪਵੇ ਇਸੇ 'ਤੇ ਚਾਰ ਗਿਣਦੇ ਆਸੇ, ਕਿਉਂਕਿ ਉਹ ਤਦਾਂ ਕਛ ਲੱਭਦੀ ਆਈ ਭੁੱਖ ਦਾ ਦੌਰ ਆਈ, ਲੇਕਿਨ ਇਹ ਬਈ ਉਹ ਦੌਰ ਹੈ ਬਹੁਤ ਚੰਗਾ, ਅੱਜ ਕੱਲ੍ਹ ਦਾ ਦੌਰ ਹੀ ਵੇ ਬਾ। ਪਲੀਜ਼ ਸਬਸਕ੍ਰਾਈਬ ਆਰ ਚੈਨਲ ਐਂਡ ਡੋਂਟ ਮਿਸ ਟੂ ਪ੍ਰੈਸ ਦ ਬੈਲ ਆਈਕਨ।